ਗੁੱਡ ਆਫਟਰਨੂਨ ਸਟੂਡੈਂਟ ਬੇਟਾ, ਆਪਾਂ ਜਿਹੜਾ ਮਤਲਬ ਕਿ ਸਿਸਟਮ ਸੋਫਟਵੇਅਰ ਦਾ ਜਿਹੜਾ ਨੈਕਸਟ ਲੈਕਚਰ ਆ ਆਪਣਾ, ਮਤਲਬ ਕੰਪਾਈਲਰ 'ਤੇ ਆ, ਇਹ ਆਪਣਾ ਸੈਕਸ਼ਨ ਏ ਕੰਪਲੀਟ ਹੋਣ ਤੋਂ ਬਾਅਦ ਸੈਕਸ਼ਨ ਬੀ ਦਾ ਫਸਟ ਟੋਪਿਕ ਆ। ਵਟ ਇਜ਼ ਕੰਪਾਈਲਰ, ਕੀ ਹੁੰਦਾ, ਆਪਾਂ ਇਹਦੇ ਬਾਰੇ ਰੀਡ ਕਰਦੇ ਹਾਂ। ਪਹਿਲਾਂ ਇੰਟਰੋਡਕਸ਼ਨ ਦੇ ਵਿੱਚ ਦੇਖੋ, ਕੰਪਾਈਲਰ ਇਜ਼ ਅ ਪ੍ਰੋਗਰਾਮ ਟਰਾਂਸਲੇਟਡ ਦੈਟ ਟਰਾਂਸਲੇਟ ਔਰ ਕਨਵਰਟ ਦ ਇੰਸਟਰਕਸ਼ਨ ਆਫ ਹਾਈ ਲੈਵਲ ਲੈਂਗੁਏਜ ਟੂ ਮਸ਼ੀਨ ਲੈਂਗੁਏਜ। ਕੰਪਾਈਲਰ ਦਾ ਕੀ ਕੰਮ ਆ ਬੇਟਾ, ਜੋ ਵੀ ਇੰਸਟਰਕਸ਼ਨਸ ਹਾਈ ਲੈਵਲ ਲੈਂਗੁਏਜ ਦੇ ਵਿੱਚ ਦਿੱਤੇ ਜਾਂਦੇ ਨੇ ਉਹਨੂੰ ਮਸ਼ੀਨ ਲੈਂਗੁਏਜ ਦੇ ਵਿੱਚ ਚੇਂਜ ਕਰਦਾ, ਠੀਕ ਆ। ਇਟ ਇਜ਼ ਕਾਲਡ ਕੰਪਾਈਲਰ, ਇਹਨੂੰ ਕੰਪਾਈਲਰ ਤਾਂ ਕਹਿੰਦੇ, ਬਿਕੋਜ਼ ਇਟ ਕੰਪਾਈਲ ਮਸ਼ੀਨ ਲੈਂਗੁਏਜ ਇੰਸਟਰਕਸ਼ਨ ਫਾਰ ਐਵਰੀ ਪ੍ਰੋਗਰਾਮ ਇੰਸਟਰਕਸ਼ਨ ਆਫ ਹਾਇਰ ਲੈਵਲ ਲੈਂਗੁਏਜ। ਤਾਂ ਹਰ ਇੱਕ ਪ੍ਰੋਗਰਾਮ ਦੇ ਲਈ ਜੋ ਵੀ ਹਾਇਰ ਲੈਵਲ ਲੈਂਗੁਏਜ ਦੇ ਵਿੱਚ ਜੋ ਵੀ ਇੰਸਟਰਕਸ਼ਨ ਲਿਖੀਆਂ ਜਾਂਦੀਆਂ ਨੇ ਉਹਨੂੰ ਮਤਲਬ ਕਿ ਮਸ਼ੀਨ ਲੈਂਗੁਏਜ ਦੇ ਵਿੱਚ ਕੰਪਾਈਲ ਕਰਦਾ। ਦਸ ਕੰਪਾਈਲਰ ਇਜ਼ ਅ ਪ੍ਰੋਗਰਾਮ ਟਰਾਂਸਲੇਟਡ, ਤਾਂ ਕਰਕੇ ਇਹਨੂੰ ਉਹ ਪ੍ਰੋਗਰਾਮ ਟਰਾਂਸਲੇਟਰ ਬੋਲਦੇ ਆ, ਲਾਈਕ ਅ ਅਸੈਂਬਲਰ ਦੀ ਤਰ੍ਹਾਂ। ਬਟ ਇਟ ਇਜ਼ ਮੋਰ ਸੋਫਿਸਟੀਕੇਟਡ, ਪਰ ਇਹ ਬਹੁਤ ਜ਼ਿਆਦਾ ਵਧੀਆ ਅਤੇ ਅੰਡਰਸਟੈਂਡੇਬਲ, ਠੀਕ ਹੈ। ਕੰਪਾਈਲਰ ਸਕੈਨ ਦਾ ਇੰਟਾਇਰ ਪ੍ਰੋਗਰਾਮ ਫਸਟ ਐਂਡ ਦੈਨ ਟਰਾਂਸਲੇਟ ਇਟ ਇਨ ਟੂ ਮਸ਼ੀਨ ਕੋਡ। ਕੰਪਾਈਲਰ ਕੀ ਕਰੂਗਾ, ਪਹਿਲਾਂ ਸਾਰੇ ਪ੍ਰੋਗਰਾਮ ਨੂੰ ਮਤਲਬ ਕਿ ਸਕੈਨ ਕਰਦਾ, ਠੀਕ ਹੈ, ਉਸ ਤੋਂ ਬਾਅਦ ਟਰਾਂਸਲੇਟ ਕਰਦਾ ਕਾਹਦੇ ਵਿੱਚ, ਉਹਨੂੰ ਮਸ਼ੀਨ ਕੋਡ ਦੇ ਵਿੱਚ, ਠੀਕ ਹੈ। ਐਜ਼ ਆ ਡਿਸਕਸ ਅਰਲੀਅਰ ਇਨ ਚੈਪਟਰ ਨੰਬਰ 3 ਦੇ ਵਿੱਚ ਪੜ੍ਹ ਚੁੱਕੇ ਆ, ਦ ਪ੍ਰੋਗਰਾਮ ਰਿਟਨ ਬਾਈ ਪ੍ਰੋਗਰਾਮਰ ਇਨ ਦਾ ਹਾਈ ਲੈਵਲ ਲੈਂਗੁਏਜ ਇਜ਼ ਕੋਲਡ ਸੋਰਸ ਪ੍ਰੋਗਰਾਮ। ਜਿਹੜੇ ਪ੍ਰੋਗਰਾਮ ਪ੍ਰੋਗਰਾਮਰ ਦੇ ਦੁਆਰਾ ਜੋ ਕੋਡਿੰਗ ਕਰ ਰਿਹਾ ਬੰਦਾ, ਉਹਦੇ ਦੁਆਰਾ ਲਿਖੇ ਜਾਂਦੇ ਨੇ ਬੇਟਾ, ਉਹਨੂੰ ਆਪਾਂ ਕੀ ਬੋਲ ਦਿੰਦੇ ਹਾਂਗੇ, ਸੋਰਸ ਪ੍ਰੋਗਰਾਮ ਬੋਲ ਦਿੰਦੇ, ਜਿਹੜੇ ਹਾਈ ਲੈਵਲ ਲੈਂਗੁਏਜ ਲਿਖੇ ਜਾਂਦੇ। ਆਫਟਰ ਦਿਸ ਪ੍ਰੋਗਰਾਮ ਇਜ਼ ਕਨਵਰਟ ਟੂ ਮਸ਼ੀਨ, ਜਦੋਂ ਇਹ ਮਸ਼ੀਨ ਲੈਂਗੁਏਜ ਕਨਵਰਟ ਹੋ ਜਾਂਦਾ ਕੰਪਾਈਲਰ ਦੇ ਦੁਆਰਾ, ਤਾਂ ਇੱਕ ਹੀ ਬਣ ਜਾਂਦਾ ਗਾ, ਆਬਜੈਕਟ ਪ੍ਰੋਗਰਾਮ ਬਣ ਜਾਂਦਾ। ਤਾਂ ਕੰਪਾਈਲਰ ਆਲਸੋ ਰਿਪੋਰਟ ਦਾ ਪ੍ਰੀਸੈਂਸ ਆਫ ਐਰਰ ਇਨ ਸੋਰਸ ਪ੍ਰੋਗਰਾਮ, ਜੋ ਵੀ ਸੋਰਸ ਪ੍ਰੋਗਰਾਮ ਦੇ ਵਿੱਚ ਐਰਰ ਆਉਂਦੇ ਨੇ ਉਹਨਾਂ ਦੀ ਵੀ ਮਤਲਬ ਚੈੱਕ ਕਰਦਾ ਵੀ ਕਿੰਨੇ ਕੁ ਐਰਰ ਹੈ, ਠੀਕ ਹੈ। ਜਿਵੇਂ ਆ ਦਿਖਾਇਆ ਗਿਆ ਫਿਗਰ ਦੇ ਵਿੱਚ 5.1 ਦੇ ਵਿੱਚ ਕੰਪਾਈਲਰ ਬਾਰੇ, ਜਿਵੇਂ ਸੋਰਸ ਪ੍ਰੋਗਰਾਮ ਆਪਾਂ ਰਿਟਨ ਕੀਤੇ ਹਾਈ ਲੈਵਲ ਲੈਂਗੁਏਜ ਦੇ ਵਿੱਚ, ਕੰਪਾਈਲਰ ਨੇ ਮੈਸੇਜ ਫਾਈਨ ਕੀਤੇ ਆ, ਉਹਨੂੰ ਓਬਜੈਕਟ ਦੇ ਵਿੱਚ ਚੇਂਜ ਕਰਦਾ ਰਿਟਨ ਇਨ ਮਸ਼ੀਨ ਲੈਂਗੁਏਜ। ਕੰਪਾਈਲਰ ਕੈਨ ਟਰਾਂਸਲੇਟ ਓਨਲੀ ਦੋ ਸੋਰਸ ਪ੍ਰੋਗਰਾਮ ਵਿੱਚ ਹੈਵ ਬੀਨ ਰਿਟਨ ਲੈਂਗੁਏਜ ਫਾਰ ਵਿੱਚ ਕੰਪਾਈਲਰ ਇਜ਼ ਨੀਡ ਫਾਰ। ਕੰਪਾਈਲਰ ਸਿਰਫ ਉਹਨਾਂ ਪ੍ਰੋਗਰਾਮਸ ਨੂੰ ਹੀ ਟਰਾਂਸਲੇਟ ਕਰੂਗਾ ਬੇਟਾ, ਜਿਹੜੇ ਉਹਦੀ ਲੈਂਗੁਏਜ ਦੇ ਅੰਡਰਸਟੈਂਡੇਬਲ। ਫੋਰ ਇਗਜ਼ਾਮਪਲ, ਜਿਵੇਂ ਫੋਰਟਨ ਕੰਪਾਈਲਰ ਆ, ਵਿਲ ਨੋਟ ਕੰਪਾਈਲ ਦਾ ਸੋਰਸ ਕੋਡ ਰਿਟਨ ਇਨ, ਜਿਹੜੇ ਕਬੂਲ 'ਚ ਲਿਖੇ ਜਾਂ ਉਸ ਚੀਜ਼ ਨੂੰ ਜਿਹੜਾ ਚੂਜ ਉਹ ਨਹੀਂ ਕਰਦਾ। ਦ ਓਬਜੈਕਟ ਪ੍ਰੋਗਰਾਮ ਜਨਰੇਟਡ ਬਾਈ ਕੰਪਾਈਲਰ ਇਜ਼ ਮਸ਼ੀਨ ਡਿਪੈਂਡੈਂਟ, ਜਿਹੜਾ ਓਬਜੈਕਟ ਪ੍ਰੋਗਰਾਮ ਹੁੰਦਾ ਬੇਟਾ ਕੰਪਾਈਲਰ ਦੇ ਦੁਆਰਾ ਮਤਲਬ ਕਿ ਕ੍ਰੀਏਟ ਕੀਤਾ ਜਾਂਦਾ, ਠੀਕ ਹੈ, ਉਹ ਮਸ਼ੀਨ 'ਤੇ ਡਿਪੈਂਡੈਂਟ ਹੁੰਦਾ। ਇਟ ਮੀਨਸ ਪ੍ਰੋਗਰਾਮ ਕੰਪਾਈਲਡ ਫਾਰ ਵਨ ਟਾਈਪ ਆਫ ਮਸ਼ੀਨ ਵਿਲ ਨੋਟ ਰਨ ਇਨ ਅਨਦਰ, ਜਿਹੜਾ ਮਤਲਬ ਕਿ ਕੰਪਾਈਲ ਇੱਕ ਟਾਈਪ ਦੀ ਮਸ਼ੀਨ 'ਤੇ ਕੀਤਾ ਗਿਆ ਕਿ ਪ੍ਰੋਗਰਾਮ ਆਪਾਂ ਦੂਸਰੀ ਤਰ੍ਹਾਂ ਨਹੀਂ ਕਰ ਸਕਦੇ, ਠੀਕ ਹੈ। ਦੇਅਰਫੋਰ ਐਵਰੀ ਟਾਈਪ ਆਫ ਮਸ਼ੀਨ ਮਸਟ ਹੈਵ ਇਟਸ ਪਰਸਨਲ ਕੰਪਾਈਲਰ ਫਾਰ ਅ ਪਾਰਟੀਕੁਲਰ ਲੈਂਗੁਏਜ, ਦਾ ਹਰ ਇੱਕ ਦਾ ਆਪਣਾ ਆਪਣਾ ਪਰਸਨਲ ਕੰਪਾਈਲਰ ਹੋਣਾ ਜ਼ਰੂਰੀ। ਬਾਈ ਟੇਕਿੰਗ ਐਨ ਐਗਜ਼ਾਮਪਲ ਆਫ ਸਮਾਲ ਕੋਡ ਰਿਟਨ ਇਨ ਪ੍ਰੋਗਰਾਮਿੰਗ ਲੈਂਗੁਏਜ, ਲੈਟਸ ਸੀ ਹਾਊ ਡਜ਼ ਅ ਕੰਪਾਈਲਰ ਪ੍ਰੋਡਿਊਸ ਅ ਮਸ਼ੀਨ ਲੈਂਗੁਏਜ ਇਕੁਐਲਿਟੀ, ਕਿਵੇਂ ਮਤਲਬ ਕੰਮ ਕਰਦਾ। ਜਿਵੇਂ ਕੰਪਾਈਲਰ ਫਸਟ ਰਿਕੋਗਨਾਈਜ਼ ਅ ਸਰਟਨ ਸਟ੍ਰਿੰਗ ਐਜ਼ ਬੇਸਿਕ ਐਲੀਮੈਂਟ, ਸਟ੍ਰਿੰਗਸ ਲੈਂਦਾ, ਜਿਵੇਂ ਐਗਜ਼ਾਮਪਲ ਰਿਕੋਗਨਾਈਜ਼ ਕਰ ਰਹੀ ਹੈ, ਜਿਵੇਂ ਕੋਸਟ ਐਜ਼ ਅ ਵੈਰੀਏਬਲ, ਕੋਸਟ ਇੱਕ ਵੈਰੀਏਬਲ ਹੈ। ਪਹਿਲਾਂ ਬੇਟਾ ਕੈਲਕੂਲੇਟ, ਕੈਲਕੂਲੇਟ ਕੀ, ਇੱਕ ਫੰਕਸ਼ਨ ਦੱਸਿਆ ਗਿਆ, ਲੇਬਲ ਕ੍ਰੀਏਟ ਕੀਤਾ ਗਿਆ, ਪ੍ਰੋਸੀਜਰ ਕੀ ਲਗਾਉਣਾ, ਰੇਟ ਕਰਨਾ, ਇਹਦੇ ਵਿੱਚ ਸਟਾਰਟ ਕਰਨਾ, ਫਿਨਿਸ਼ ਕਰਨਾ, ਠੀਕ ਹੈ। ਡਿਕਲੇਅਰ ਕਰਵਾਏ ਵੈਰੀਏਬਲ, ਕੋਸਟ, ਰੇਟ, ਸਟਾਰਟ, ਫਿਨਿਸ਼, ਫਿਕਸਡ, ਠੀਕ ਹੈ, ਫਿਕਸਡ ਹੋ ਗਿਆ। ਜਿਵੇਂ ਆਪਣੇ ਕੋਲ ਬਾਈਨਰੀ ਟੋਟਲ ਫਿਕਸਡ, ਬਾਈਨਰੀ 31 ਸਟੈਟਿਸਟਿਕਸ ਹੋ ਗਿਆ। ਇਸ ਤੋਂ ਬਾਅਦ ਬੇਟਾ ਕੋਸਟ ਹੈ ਜਿਹੜੀ ਆਪਣੇ ਕੋਲ ਇਜ਼ ਇਕੁਅਲ ਟੂ ਅਸਾਈਨਮੈਂਟ ਕਰਵਾਈ ਗਈ ਹੈ, ਰਿਟਰਨ ਕਰਵਾਈ ਹੈ ਕੋਸਟ, ਐਂਡ ਕੀਤਾ ਫੰਕਸ਼ਨ। ਕੈਲਕੂਲੇਟ ਇਜ਼ ਅ ਲੇਬਲ, ਪ੍ਰੋਸੀਜਰ ਕੀ, ਇੱਕ ਕੀਵਰਡ ਹੈ, ਇਕੁਅਲ ਟੂ ਕੀ, ਇੱਕ ਅਸਾਈਨਮੈਂਟ ਹੋ ਬੇਟਾ। ਇਟ ਇਜ ਦੈਨ ਰਿਕੋਗਨਾਈਜ਼ ਅ ਕੋਂਬੀਨੇਸ਼ਨ ਆਫ ਐਲੀਮੈਂਟ ਐਜ ਅ ਸਿਮੈਂਟਿਕ ਯੂਨਿਟ, ਅਲੱਗ ਅਲੱਗ ਸੈਂਟੈਕਟਿਕ ਯੂਨਿਟਸ ਦੇ ਵਿੱਚ ਲਿਖਿਆ ਗਿਆ, ਇੰਟਰਪ੍ਰੀਟ ਉਹਨਾਂ ਦੀ ਮੀਨਿੰਗ ਦੱਸਿਆ ਗਿਆ, ਠੀਕ ਹੈ। ਫੋਰ ਐਗਜ਼ਾਮਪਲ, ਜਿਵੇਂ ਕੰਪਾਈਲਰ ਸ਼ੁੱਡ ਰਿਕੋਗਨਾਈਜ਼ ਦੈਟ ਦ ਫਸਟ ਸਟੇਟਮੈਂਟ, ਅਤੇ ਕੰਪਾਈਲਰ ਫਸਟ ਨੂੰ ਕਿਵੇਂ ਰਿਕੋਗਨਾਈਜ਼ ਕਰਵਾਓ। ਇੱਕ ਪ੍ਰੋਸੀਜਰ ਨੇਮ ਆ ਵਿਦ 3 ਆਰਗੂਮੈਂਟ, 3 ਆਰਗੂਮੈਂਟ ਯੂਜ ਕੀਤੇ ਗਏ। ਦੇਖੋ ਬੇਟਾ, ਪਹਿਲਾਂ ਰੇਟ, ਸਟਾਰਟ, ਫਿਨਿਸ਼। ਇਸ ਤੋਂ ਬਾਅਦ ਦੇਖੋ ਆਪਣੇ ਕੋਲ ਆ ਗਿਆ ਹੇਅਰ, ਪ੍ਰੋਸੀਜਰ ਮੀਨਸ ਆ ਬਲੋਕ ਆਫ ਕੋਡ,
that perform a particular operation, special operation to perform that. The second statement defines four variables to be fixed binary number of 31. ਜਿਹੜੀ ਸੈਕਿੰਡ ਸਟੇਟਮੈਂਟ ਆ ਉਹਦੇ ਵਿੱਚ ਚਾਰ ਵੈਰੀਏਬਲ ਦਿਖਾਏ ਗਏ ਨੇ ਬੇਟਾ, ਜਿਹਦੇ ਵਿੱਚ 31 ਬਿਟ ਕੀ ਆ ਆਪਣੇ ਕੋਲ ਉਹ ਯੂਜ਼ ਕੀਤੇ ਜਾ ਰਹੇ ਨੇ, ਜਿਵੇਂ ਦੇਖੋ ਫਿਕਸਡ ਬਾਇਨਰੀ 31 ਸਟੈਂਡਰਡਸ ਚਾਰ, ਠੀਕ ਹੈ। ਇਸ ਤੋਂ ਬਾਅਦ ਦਾ ਥਰਡ ਸਟੇਟਮੈਂਟ ਇਜ਼ ਅਸਾਈਨਮੈਂਟ ਸਟੇਟਮੈਂਟ, ਜਿਹਦੇ ਵਿੱਚ ਸੱਤ ਕੰਪੂਟੇਸ਼ਨਲ ਪਰਫੋਰਮ ਕੀਤੇ ਹੋਣਗੇ ਬੇਟਾ। ਦੇਖੋ ਆਪਣੇ ਕੋਲ ਫਸਟ, ਸੈਕਿੰਡ, ਥਰਡ, ਫੋਰਥ, ਫਿਫਥ, ਸਿਕਸ, ਸੈਵਨ, ਠੀਕ ਹੈ, ਸੱਤ। ਇਸ ਤੋਂ ਬਾਅਦ ਕੀ ਆਪਣੇ ਕੋਲ ਜਿਹੜੀ ਲਾਸਟ ਸਟੇਟਮੈਂਟ ਉਸਦੇ ਰਿਟਰਨ ਕਰਵਾਇਆ ਜਾ ਕਿੰਨੇ ਆਰਗੂਮੈਂਟ ਫਿਫਟੀ। ਓਕੇ, ਇਟ ਦੈਨ ਐਲੋਕੇਟ ਸਟੋਰੇਜ ਸਪੇਸ ਐਂਡ ਅਸਾਈਨ ਲੋਕੇਸ਼ਨ ਫੋਰ ਆਲ ਵੈਰੀਏਬਲ ਇਨ ਦਾ ਪ੍ਰੋਗਰਾਮ। ਸਾਰਿਆਂ ਨੂੰ ਸਪੇਸ ਐਲੋਕੇਟ ਕਰਦਾ ਅਤੇ ਲੋਕੇਸ਼ਨ ਦਿੰਦਾ। ਫਾਈਨਲੀ ਇਟ ਜਨਰੇਟ ਦਾ ਅਪਰੋਪਰੀਏਟ ਓਬਜੈਕਟ ਗੇਟ, ਫਿਰ ਓਬਜੈਕਟ ਕੋਡ ਨੂੰ ਜਨਰੇਟ ਕਰਦਾ। ਦੱਸ ਦਾ ਕੰਪਲੈਕਸਿਟੀ ਆਫ ਡਿਜ਼ਾਈਨ ਆਫ ਦਾ ਕੰਪਾਈਲਰ ਡਿਪੈਂਡ ਔਨ ਵੈਰੀਸ ਫੈਕਟਰ, ਬਹੁਤ ਸਾਰੇ ਫੈਕਟਰ 'ਤੇ ਡਿਪੈਂਡ ਕਰਦੇ, ਇੰਕਲੂਡਿੰਗ ਦਾ ਪ੍ਰੋਗਰਾਮਿੰਗ ਲੈਂਗੁਏਜ ਇੰਸਟਰਕਟਰ, ਕਿਵੇਂ ਕਿਆ ਕੀਤੀ ਸੀ, ਟਾਰਗੇਟ ਮਸ਼ੀਨ ਸਟਰਕਚਰ ਕਿੱਦਾਂ ਦਾ ਸੀ, ਲੈਵਲ ਕੀ ਆ ਆਪਟੀਮਾਈਜੇਸ਼ਨ। ਅੱਗੇ ਫੇਸ ਆਫ ਦਾ ਕੰਪਾਈਲਰ, ਕਹਿੰਦੇ ਕੰਪਾਈਲਰ ਟੇਕ ਐਜ ਇਨਪੁੱਟ ਸੋਰਸ ਪ੍ਰੋਗਰਾਮ ਐਂਡ ਪ੍ਰੋਡਿਊਸ ਐਜ ਆਊਟਪੁੱਟ ਇਜ਼ ਇਕੁਇਵਲੈਂਟ ਸੀਕੁਐਂਸ ਆਫ ਮਸ਼ੀਨ, ਮਸ਼ੀਨ ਫਾਰਮ ਦੇ ਵਿੱਚ ਆਊਟਪੁੱਟ ਦਿੰਦਾ ਜੀ ਬੇਟਾ। ਦੇਖੋ ਪਹਿਲਾਂ ਲੈਕਸੀਅਲ ਐਨਾਲਿਸਿਸ ਕਰਨੀ ਹੈ, ਫਿਰ ਸੈਂਟਿਕਸ ਆ, ਫਿਰ ਇੰਟਰਮੀਡੀਏਟ ਕੋਡ ਆ, ਫਿਰ ਕੋਡ ਆਪਟੀਮਾਈਜੇਸ਼ਨ ਆ, ਫਿਰ ਸਟੋਰੇਜ ਐਲੋਕੇਸ਼ਨ ਆ, ਫਿਰ ਕੋਡ ਜਨਰੇਸ਼ਨ ਆ, ਠੀਕ ਹੈ, ਫਿਰ ਉਸਨੂੰ ਟਾਰਗੇਟ ਪ੍ਰੋਗਰਾਮ ਬਣਾਉਂਦਾ। ਫੇਸ ਆਫ ਕੰਪਾਈਲਰ, ਦਿਸ ਪ੍ਰੋਸੈਸ ਇਜ਼ ਸੋ ਕੰਪਲੈਕਸ ਦੈਟ ਇਟ ਇਜ਼ ਨੋਟ ਰੀਜ਼ਨਿੰਗ, ਕਹਿੰਦੇ ਕੰਪਲੈਕਸ ਦਾ ਬਟ ਇਹਦਾ ਕੋਈ ਇੱਕ ਕੋਈ ਕਾਰਨ ਨਹੀਂ ਹੈਗਾ। ਆਈਦਰ ਫੋਰਮ ਆ ਲੋਜੀਕਲ ਪੁਆਇੰਟ ਆਫ ਵਿਊ ਔਰ ਫੋਰਮ ਆ ਇੰਪਲੀਮੈਂਟੇਸ਼ਨ ਪੁਆਇੰਟ ਆਫ ਵਿਊ ਟੂ ਕੰਸਾਈਡਰ ਦਾ ਕੰਪਾਈਲੇਸ਼ਨ ਪ੍ਰੋਸੈਸ ਐਸ ਹੈਪਨਿੰਗ ਇਨ ਵਨ ਸਿੰਗਲ ਸਟੈਪ, ਇੱਕ ਸਿੰਗਲ ਸਟੈਪ ਦੇ ਵਿੱਚ ਹੀ ਇਹ ਕ੍ਰੀਏਟ ਹੋ ਜਾਂਦੀ ਹੈ। ਫੋਰ ਦਿਸ ਰੀਜ਼ਨ ਤਾਂ ਕਹਿੰਦੇ ਕੰਪਾਈਲੇਸ਼ਨ ਪ੍ਰੋਸੈਸ ਇਜ਼ ਡਿਵਾਈਡਡ ਇਨ ਟੂ ਸੀਰੀਜ਼ ਆਫ ਸਬ ਟੈਸਕ, ਅਲੱਗ ਅਲੱਗ ਹਿੱਸਿਆਂ 'ਚ ਵੰਡ ਕੇ ਆਪਾਂ ਇਹਨੂੰ ਪ੍ਰੋਸੈਸ ਨੂੰ ਕਰਦੇ ਹਾਂ, ਔਰ ਆ ਸਬ ਪ੍ਰੋਸੈਸ ਕੋਲਡ ਆ ਜਿਹਨੂੰ ਆਪਾਂ ਫੇਸ ਬੋਲਦੇ ਹਾਂ। ਇਹ ਫੇਸ ਇਜ਼ ਆ ਕੋਸਿਵ ਆਪਰੇਸ਼ਨ ਦੈਟ ਟੇਕ ਇਨਪੁੱਟ ਵਨ ਰਿਪ੍ਰੈਜੈਂਟੇਸ਼ਨ ਆਫ ਦਾ ਸੋਰਸ ਪ੍ਰੋਗਰਾਮ ਐਂਡ ਪ੍ਰੋਡਿਊਸ ਐਜ ਆ ਆਊਟਪੁੱਟ ਅਨਦਰ ਰਿਪ੍ਰੈਜੈਂਟੇਸ਼ਨ। ਬੇਟਾ ਕੀ ਹੁੰਦੀ ਹੈ ਇਹ ਸੀਰੀਅਲ ਵਾਈਜ਼ ਆਪਰੇਸ਼ਨ ਨੂੰ, ਮਤਲਬ ਕਿ ਸੀਰੀਅਲ ਵਾਈਜ਼ ਕਰਦਾ, ਤਰੀਕੇ ਨਾਲ ਕਰਦਾ, ਠੀਕ ਹੈ, ਜਿਹਦੇ ਵਿੱਚ ਕਿ ਇਨਪੁੱਟ ਇੱਕ ਰੀਪ੍ਰੈਜੈਂਟੇਸ਼ਨ ਦੇ ਵਿੱਚ ਲੈਂਦਾ ਰਿਸੋਰਸ ਪ੍ਰੋਗਰਾਮ ਦੀ ਫੋਰਮ ਦੇ ਵਿੱਚ, ਅਤੇ ਪ੍ਰੋਡਿਊਸ ਕਰਦਾ ਆਊਟਪੁੱਟ ਦੂਸਰੀ ਰੀਪ੍ਰੈਜੈਂਟੇਸ਼ਨ ਦੇ ਵਿੱਚ। ਇਹਦੇ ਵਿੱਚ ਬਹੁਤ ਸਾਰੇ ਫੇਸ ਆ ਜਾਂਦੇ ਕੰਪਾਈਲਰ ਦੇ, ਜਿਵੇਂ ਲੈਕਸੀਅਲ ਐਨਾਲਾਈਸਿਸ ਹੋ ਗਿਆ, ਸੈਂਟੈਕਸ ਐਨਾਲਾਈਸਿਸ ਹੋ ਗਿਆ, ਇੰਟਰਮੀਡੀਏਟ ਕੋਡ ਜਨਰੇਸ਼ਨ ਹੋ ਗਿਆ, ਕੋਡ ਆਪਟੀਮਾਈਜੇਸ਼ਨ ਹੋ ਗਿਆ, ਸਟੋਰੇਜ ਐਲੋਕੇਸ਼ਨ ਹੋ ਗਈ, ਠੀਕ ਹੈ, ਕੋਡ ਜਨਰੇਸ਼ਨ ਐਂਡ ਅਸੈਂਬਲ। ਤੇ ਇਹਦੇ ਵਿੱਚ ਦੋ ਐਡੀਸ਼ਨ ਵੀ ਆ ਜਾਂਦੇ, ਵਿੱਚ ਵੀ ਇੱਕ ਟੇਬਲ ਦੀ ਅਰੇਂਜਮੈਂਟ ਕੀਤੀ ਜਾਂਦੀ, ਦੂਜੇ ਐਰਰ ਹੈਂਡਲਿੰਗ ਆ ਜਾਂਦੇ ਆ। ਫਸਟ ਟੂ ਫੇਸ ਆ ਨੇਮਲੀ ਜਿਵੇਂ ਲੈਕਸੀਅਲ ਐਨਾਲਿਸਿਸ ਅਤੇ ਸੈਂਟੈਕਸ ਐਨਾਲਿਸਿਸ ਆ, ਇਹ ਦੋਨੇ ਬੇਟਾ ਕਾਲਾ ਹਿੱਸਾ ਆ ਜਾਂਦੇ ਨੇ ਐਨਾਲਿਸਿਸ ਫੇਸ ਦੇ, ਜਿਹੜੇ ਪਿਛਲੇ ਤਿੰਨ ਰਹਿ ਗਏ ਇੰਟਰਮੀਡੀਏਟ ਕੋਡ ਹੋ ਗਿਆ, ਕੋਡ ਆਪਟੀਮਾਈਜੇਸ਼ਨ ਹੋ ਗਿਆ, ਕੋਡ ਜਨਰੇਸ਼ਨ ਫਰੋਮ ਦਾ, ਇਹ ਸਾਰੇ ਕਾਹਦੇ ਆ ਜਾਂਦੇ ਸਾਇੰਥੀਸਿਸ ਪਾਰਟ ਦੇ ਵਿੱਚ। ਪਹਿਲਾਂ ਆਪਾਂ ਲੈਕਸੀਅਲ ਐਨਾਲਿਸਿਸ ਬਾਰੇ ਪੜ੍ਹਦੇ ਹਾਂ। ਲੈਕਸੀਅਲ ਐਨਾਲਿਸਿਸ ਫੇਸ ਸਕੈਨ ਦਾ ਸੋਰਸ ਪ੍ਰੋਗਰਾਮ ਸੀਕੁਐਂਸ ਐਂਡ ਪ੍ਰੋਡਿਊਸ ਦਾ ਸੀਕੁਐਂਸ ਆਫ ਟੋਕਨ। ਬੇਟਾ ਜਿਹੜੀ ਲੈਕਸੀਅਲ ਐਨਾਲਿਸਿਸ ਹੁੰਦੀ ਆ, ਇਹ ਮਤਲਬ ਸੋਰਸ ਪ੍ਰੋਗਰਾਮ ਨੂੰ ਸੀਕੁਐਂਸ ਵਾਈਜ਼ ਸਕੈਨ ਕਰਦੀ ਆ, ਅਤੇ ਪ੍ਰੋਡਿਊਸ ਕਰਦੀ ਸੀਕੁਐਂਸ ਵਾਈਜ਼ ਟੋਕਨ ਦੀ ਫੋਰਮ ਦੇ ਵਿੱਚ ਲੈ ਆਉਂਦੀ, ਜਿਵੇਂ ਫਿਗਰ ਦੇ ਵਿੱਚ ਦਿਖਾਇਆ 5.4 ਦੇ ਵਿੱਚ, ਉਹ ਤੁਹਾਨੂੰ ਅੱਗੇ ਦੱਸਦੀ ਹਾਂ। ਦੀਜ਼ ਟੋਕਨ ਔਰ ਐਲੀਮੈਂਟ ਡਿਲਾਈਨਟਡ ਬਾਏ ਬਲੈਂਕ, ਬਲੈਂਕ ਵੀ ਦੱਸ ਸਕਦੇ ਹਾਂ, ਓਪਰੇਟਰ ਵੀ ਅਲੱਗ ਕਰ ਸਕਦੇ ਹਾਂ, ਸਪੈਸ਼ਲ ਸਿੰਬਲ ਵੀ ਆਰ ਦੈਨ ਕਲਾਸੀਫਾਈਡ ਇਨ ਟੂ ਡਿਫਰੈਂਟ ਲੈਕਸੀਅਲ ਕਲਾਸਿਸ ਦੇ ਵਿੱਚ ਵੰਡੇ ਜਾਂਦੇ ਬੇਟਾ, ਲਾਈਕ ਰਿਕੋਗਨਾਈਜ ਆਈਡੈਂਟੀਫਾਇਰ ਕਹਿ ਸਕਦੇ, ਉਹਨਾਂ 'ਚ ਲਿਟਰਲੀ ਕਹਿ ਸਕਦੇ, ਟਰਮੀਨਲ ਸਿੰਬਲ ਵੀ ਬੋਲ ਸਕਦੇ ਹਾਂ। ਜਿਹੜੇ ਟਰਮੀਨਲ ਸਿੰਬਲ ਹੁੰਦੇ ਨੇ, ਕਲੈਕਸ਼ਨ ਆਫ ਦਾ ਓਪਰੇਟਰ ਐਂਡ ਕੀਵਰਡ, ਟਰਮੀਨਲ ਸਿੰਬਲ ਕਲੈਕਸ਼ਨ ਹੁੰਦੀ ਆ ਓਪਰੇਟਰਸ ਦੀ ਅਤੇ ਕੀਵਰਡਸ, ਠੀਕ ਹੈ। ਦ ਵੈਰੀਅਸ ਆਈਡੈਂਟੀਫਾਇਰ ਐਂਡ ਲਿਟਰਲਸ ਆਰ ਪਲੇਸਡ ਇਨ ਟੂ ਰਿਸਪੈਕਟਿਵ ਟੇਬਲ, ਉਹ ਟੇਬਲ ਦੀ ਫੋਰਮ ਦੇ ਵਿੱਚ ਆ ਜਾਂਦੇ ਆ। ਲੈਕਸੀਅਲ ਐਨਾਲਿਸਿਸ ਫੇਸ ਕ੍ਰੀਏਟ ਐਸ ਅ ਟ੍ਰਿੰਗ ਯੂਨੀਫਾਰਮ ਸਿੰਬਲ ਵੀ ਕ੍ਰੀਏਟ ਕਰਦੀ ਹੈ ਬੇਟਾ, ਅਲੱਗ ਅਲੱਗ ਜਿਹਨਾਂ ਨੂੰ ਮਤਲਬ ਸਿੰਬਲ ਅਸਾਈਨ ਕੀਤਾ ਜਾਂਦਾ ਅਲੱਗ ਅਲੱਗ ਟੋਕਨ ਨੂੰ ਜਿਹੜੇ ਸੋਰਸ ਕੋਡ ਦੇ ਵਿੱਚ ਪ੍ਰੋਵਾਈਡ ਕਰਵਾਏ ਨੇ। ਜਿਹੜੇ ਯੂਨੀਫਾਰਮ ਸਿੰਬਲਸ ਹੁੰਦੇ ਆ ਬੇਟਾ, ਉਹ ਫਿਕਸਡ ਹੁੰਦੇ ਆ ਸਾਈਜ਼ ਦੇ ਵਿੱਚ, ਉਹਨਾਂ ਦਾ ਸਾਈਜ਼ ਚੇਂਜ ਨਹੀਂ ਹੁੰਦਾ।
ਕੰਸਿਸਟ ਆਫ ਸੈਂਟਿਕ ਕਲਾਸਿਸ ਐਂਡ ਪੁਆਇੰਟਰ ਟੂ ਬੀ ਟੇਬਲ ਐਂਟਰੀ, ਮਤਲਬ ਟੇਬਲ ਦੇ ਵਿੱਚ ਉਹਨਾਂ ਦੀ ਐਂਟਰੀ ਹੈ ਜਿਹੜੀ ਦਿਖਾਈ ਜਾਂਦੀ ਹੈ ਬੇਸਿਕ ਐਲੀਮੈਂਟ ਦੀ, ਜੋ ਕਿ ਆਪਾਂ ਨੂੰ ਫਿਗਰ ਦੇ ਵਿੱਚ ਸ਼ੋਅ ਕੀਤੀ ਗਈ। ਜਿਵੇਂ ਬੇਟਾ ਦੇਖੋ ਆਪਣੇ ਕੋਲ ਇਫ ਏ ਜੇਕਰ ਛੋਟਾ 10 ਤੋਂ ਆ ਤਾਂ ਸੀ ਇਜ਼ ਇਕੁਅਲ ਟੂ ਸੀ ਦੇ ਵਿੱਚ 5 ਪਲੱਸ ਹੋ ਜਾਏ, ਐਲ 'ਚ ਨਹੀਂ ਸੀ ਦੇ ਵਿੱਚ ਕਿੰਨਾ ਪਲੱਸ ਹੋ ਜਾਏ 10। ਜਿਵੇਂ ਬੇਟਾ ਟੋਕਨ ਕ੍ਰੀਏਟ ਕੀਤੇ, ਫਸਟ ਇਫ ਦਾ ਇੱਕ ਬਣਾਉਂਦਾ ਆਹ ਬ੍ਰੇਕ ਚਲਦੀ ਗ੍ਰੇਸ ਦਾ ਇੱਕ ਬਣਾਉਂਦਾ ਓਪਨ ਦਾ ਏ ਦਾ ਅਲੱਗ ਇਹ ਟੋਕਨ ਹੋ ਗਈ, ਜਿਵੇਂ ਆਹ ਅਲੱਗ ਅਲੱਗ ਬੋਕਸ ਬਣੇ ਹੋਏ ਆ, ਦੈਟ ਇਜ਼ ਕਾਲਡ ਟੋਕਨ। ਠੀਕ ਆ, ਇਹ ਕੀ ਹੋ ਗਿਆ ਲੈਕਸੀਅਲ ਐਨਾਲਿਸਿਸ। ਇਹਨਾਂ ਨੂੰ ਅੱਗੇ ਮਤਲਬ ਜਿਹੜੀ ਲੈਕਸੀਅਲ ਐਨਾਲਿਸਿਸ ਕੀਤੀ ਗਈ ਹੈ ਬੇਟਾ, ਯੂਨੀਫਾਰਮ ਸਿੰਬਲ ਅਸਾਈਨ ਕਰਵਾਏ ਗਏ ਆ, ਜਿਵੇਂ ਟੀ ਆਰ ਐਮ ਕਲਾਸ ਆ ਅਤੇ ਪੀ ਟੀ ਆਰ ਪੁਆਇੰਟਰ ਦੀ ਵਰਤੋਂ ਕੀਤੀ ਆ। ਇਫ ਟੀ ਆਰ ਐਮ ਟਰਮੀਨਲ ਸਿੰਬਲ ਹੋ ਗਿਆ, ਟੀ ਆਰ ਐਮ ਜਿਵੇਂ ਮਤਲਬ ਆਹ ਬ੍ਰੈਕਟ ਸ਼ੁਰੂ ਕੀਤੀ ਆ, ਓਪਨਿੰਗ ਬ੍ਰੈਕਟ ਇਹ ਵੀ ਟਰਮੀਨਲ ਸਿੰਬਲ ਆ, ਆਈ ਡੀ ਐਨ ਆਈਡੈਂਟੀਫਾਇਰ ਕੀ ਆ, ਇਹ ਇੱਕ ਆਈਡੈਂਟੀਫਾਇਰ ਆ। ਠੀਕ ਹੈ, ਆਹ ਵੀ ਆਪਣੇ ਕੋਲ ਟਰਮੀਨਲ ਆ, ਬੀ ਆਪਣੇ ਕੋਲ ਆਈਡੈਂਟੀਫਾਇਰ ਆ, ਆਹ ਵੀ ਆਪਣੇ ਕੋਲ ਕੀ ਆ ਟਰਮੀਨਲ। ਇਹ ਸਾਰੇ ਯੂਨੀਫਾਰਮ ਸਿੰਬਲ ਆਫ ਦਾ ਫਸਟ ਸਟੇਟਮੈਂਟ। ਦੱਸ ਦਾ ਟਾਸਕ ਆਫ ਸਕੈਨਿੰਗ ਸੋਰਸ ਸਟੇਟਮੈਂਟ ਰਿਕੋਗਨਾਈਜ ਐਂਡ ਕਲਾਸੀਫਾਈਂਗ ਦਾ ਵੈਰੀਸ ਟੋਕਨ ਇਜ਼ ਸ਼ੋਨ ਆ ਲੈਕਸਿਲ, ਜਿਹੜੇ ਟੋਕਨ ਦਿਖਾਏ ਗਏ ਨੇ ਇਹਦੇ ਵਿੱਚ ਸਕੈਨ ਕਰਦੇ ਲਈ ਸੋਰਸ ਪ੍ਰੋਗਰਾਮ ਦੇ ਵਿੱਚ, ਉਹਨੂੰ ਰਿਕੋਗਨਾਈਜ਼ ਕਰਵਾਉਣ ਦੇ ਲਈ ਕਲਾਸੀਫਾਈ ਕਰਵਾਉਣ ਦੇ ਲਈ ਤਾਂ ਉਹਨੂੰ ਕੀ ਬੋਲਦੇ ਨੇ ਬੇਟਾ ਆਪਾਂ, ਲੈਕਸੀਅਲ ਐਨਾਲਿਸਿਸ ਬੋਲਦੇ। ਦ ਪਾਰਟ ਆਫ ਕੰਪਾਈਲਰ ਦੈਟ ਪਰਫੋਰਮ ਦਿਸ ਐਨਾਲਿਟੀਕਲ ਫੰਕਸ਼ਨ ਇਜ਼ ਕਾਲਡ ਸਕੈਨਰ। ਜੇ ਪਾਰਟ ਹੈ ਜਿਹੜਾ ਕੰਪਾਈਲਰ ਦਾ ਇਸ ਤਰ੍ਹਾਂ ਦੇ ਫੰਕਸ਼ਨ ਨੂੰ ਪਰਫੋਰਮ ਕਰਦਾ ਤਾਂ ਦੈਟ ਇਜ਼ ਕਾਲਡ ਕੀ ਬੋਲਦੇ ਉਹਨੂੰ ਆਪਾਂ ਸਕੈਨਰ। ਅੱਗੇ ਬੇਟਾ ਕਿ ਆਪਣੇ ਕੋਲ ਸੈਂਟੈਕਸ ਐਨਾਲਿਸਿਸ, ਜਿਹੜੀ ਸੈਂਟੈਕਸ ਐਨਾਲਿਸਿਸ ਹੁੰਦੀ ਹੈ ਬੇਟਾ, ਇਹਦੇ ਵਿੱਚ ਕੀ ਹੁੰਦਾ ਵੀ ਜਿਹੜੇ ਟੋਕਨਸ ਆ ਉਹਨੂੰ ਆਪਾਂ ਇਕੱਠਾ ਕਰ ਲੈਂਦੇ ਇੱਕ ਸਟ੍ਰਕਚਰ ਦੇ ਵਿੱਚ ਲੈ ਆਉਂਦੇ ਆ, ਤਾਂ ਦੈਟ ਇਜ਼ ਕਾਲਡ ਕੀ ਬਣ ਜਾਂਦੀ ਉਹ ਆਪਣੇ ਕੋਲ ਸੈਂਟੈਕਸ ਐਨਾਲਿਸਿਸ ਬੋਲ ਹੁੰਦੀ ਹੈ। ਸੈਂਟੈਕਸ ਐਨਾਲਿਸਿਸ ਗਰੁੱਪ ਦਾ ਵੈਰੀਸ ਟੋਕਨ ਟੂ ਵੈਦਰ ਇਨ ਟੂ ਦਾ ਸੈਂਟੈਕਸ ਸਟਰਕਚਰ, ਸੈਂਟੈਕਟਿਕ ਸਟਰਕਚਰ ਦੇ ਵਿੱਚ ਚੇਂਜ ਕਰ ਲੈਂਦੇ ਹਾਂ ਬੇਟਾ ਆਪਾਂ, ਰਿਕੋਗਨਾਈਜ ਵੈਰੀਸ ਫੇਸ ਇਨ ਦਾ ਸੋਰਸ ਪ੍ਰੋਗਰਾਮ, ਅਲੱਗ ਅਲੱਗ ਫੇਸ ਹੁੰਦੇ ਨੇ ਬੇਟਾ ਆਪਣੇ ਕੋਲ ਫੇਸ ਹੁੰਦੇ ਨੇ ਸੋਰਸ ਪ੍ਰੋਗਰਾਮ ਦੇ ਵਿੱਚ, ਉਹਨੂੰ ਇਕੱਠਾ ਕਰ ਲੈਣਾ। ਈਚ ਫਰੇਸ ਇਜ਼ ਆ ਸਿਮੈਂਟਿੰਗ ਐਂਟੀਟੀ, ਹਰ ਇੱਕ ਦਾ ਆਪਣੀ ਐਂਟੀਟੀ ਹੁੰਦੀ ਹੈ, ਸਟ੍ਰਿੰਗ ਆਫ ਟੋਕਨਸ ਹੁੰਦੇ ਉਹਦੇ ਵਿੱਚ ਦੈਟ ਹੈਜ਼ ਐਸੋਸੀਏਟਿਡ ਮੀਨਿੰਗ, ਤਾਂ ਹਰ ਇੱਕ ਦਾ ਆਪਣਾ ਆਪਣਾ ਮੀਨਿੰਗ। ਠੀਕ ਹੈ, ਦੈਨ ਇਟ ਇੰਟਰਪ੍ਰੇਟ ਦਾ ਮੀਨਿੰਗ ਆਫ ਵੈਰੀਸ ਫੇਸ ਫਾਰ ਦਿਸ ਸੈਂਟੈਕਸ ਐਨਾਲਿਸਿਸ ਫੇਸ, ਯੂਜ਼ ਦਾ ਰਿਡਕਸ਼ਨ ਰੂਲਸ ਯੂਜ਼ ਕੀਤੇ ਜਾਂਦੇ ਸਪੈਸੀਫਾਈ ਕਰਵਾਉਣ ਦੇ ਲਈ, ਜੋ ਵੀ ਫੋਰਮ ਆ ਸੋਰਸ ਲੈਂਗੁਏਜ ਦੇ ਵਿੱਚ। ਦੀਜ਼ ਰਿਡਕਸ਼ਨ ਦੇ ਡਿਫਾਈਨ ਬੇਸਿਕ ਸੈਂਟੈਕਸ ਸਟਰਕਚਰ ਉਹ ਕਿਵੇਂ ਬਣਿਆ, ਉਹਦੇ ਕੀ ਕੰਪਾਈਲਰ ਉਹਦਾ ਰੂਟੀਨ ਕਿਵੇਂ ਬਣਾਉਂਦਾ, ਕਿਵੇਂ ਐਕਸ਼ਨ ਨੂੰ ਐਗਜੀਕਿਊਟ ਕਰਦਾ, ਇਹ ਸਾਰੀ ਚੀਜ਼ ਹੈ। ਐਕਸ਼ਨ ਰੂਟੀਨ ਇੰਟਰਪ੍ਰੇਟ ਦਾ ਮੀਨਿੰਗ ਆਫ ਦਾ ਕੰਸਟਰਕਸ਼ਨ ਐਂਡ ਜਨਰੇਟ ਦੇਅਰ ਕੋਡ ਫਾਰ ਇਮੀਡੀਏਟ ਫੋਰਮ, ਤਾਂ ਇਹਨਾਂ ਦੇ ਅਕੋਰਡਿੰਗ ਉਹ ਕੰਮ ਕਰਕੇ ਇਮੀਡੀਏਟ ਕੋਡ ਨੂੰ ਇੰਟਰ ਇਮੀਡੀਏਟ ਕੋਡ ਨੂੰ ਕੀ ਕਰਦਾ ਜਨਰੇਟ ਕਰਦਾ। ਜਿਵੇਂ ਬੇਟਾ ਆਹ ਵਾਲੇ ਇਕੱਠਾ ਕਰ ਲਿਆ ਸਾਰੇ ਨੂੰ, ਤਾਂ ਇਹ ਕੀ ਬਣ ਗਿਆ ਆਪਣੇ ਕੋਲ ਸੈਂਟੈਕਸ ਐਨਾਲਿਸਿਸ ਬਣ ਗਈ। ਠੀਕ ਹੈ, ਜਿਹੜੇ ਵੈਲਿਡ ਕੰਡੀਸ਼ਨ ਸਟੇਟਮੈਂਟ ਆ ਇਹ ਵੀ ਵੈਲਿਡ ਆ, ਵੀ ਇਹ ਬੇਸਿਕ ਆ ਕਿ ਇਹਦੇ ਵਿੱਚ ਕੁਝ ਵੀ ਪਾਸ ਨਹੀਂ ਕੀਤਾ ਗਾ। ਦਾ ਸੈਂਟੈਕਸ ਐਨਾਲਿਸਿਸ ਆਲਸੋ ਨੋਟ ਸੈਂਟੈਕਟਿਕ ਐਰਰ ਐਂਡ ਅਜ਼ਰਡ ਸਮ ਸ਼ਾਰਟ ਆਫ ਰਿਕਵਰੀ, ਇਹਦੇ ਵਿੱਚ ਐਰਰ ਵਗੈਰਾ ਵੀ ਕੀ ਕੀਤੇ ਜਾਂਦੇ ਨੇ ਰਿਕਵਰ ਆ ਜਿਹੜੇ ਆਪਾਂ ਕਰਦੇ। ਠੀਕ ਆ, ਜੇ ਇਹਦੇ ਵਿੱਚ ਕੋਈ ਬੇਟਾ ਪ੍ਰੋਬਲਮ ਤੁਹਾਨੂੰ ਲੱਗਦੀ ਹੋਈ ਤਾਂ ਉਹ ਮੈਨੂੰ ਪੁੱਛ ਲਿਓ, ਅਤੇ ਬਾਕੀ ਜਿਹੜੇ ਦੇ ਪਾਰਟਸ ਨੇ ਉਹ ਆਪਾਂ ਕਰ ਲਵਾਂਗੇ। ਓਕੇ ਬੇਟਾ, ਥੈਂਕ ਯੂ ਸੋ ਮਚ।